ਦਸੰਬਰ ਨੂੰ ਇੱਕ ਸਾਈਕਲਿਸਟ ਜੋ ਪਾਕਿਸਤਾਨ ਦੀ ਸਾਈਡ ਤੋਂ ਵਾਇਆ ਅੰਮ੍ਰਿਤਸਰ ਇਹ ਲੁਧਿਆਣਾ ਵਿੱਚ ਦੀ ਹੋ ਕੇ ਜਿਹੜਾ ਅੱਗੇ ਕੈਲਕਟਾ ਜਾਣਾ ਸੀ 14 ਦਸੰਬਰ ਨੂੰ ਇੱਕ ਜਿਹੜੀ ਦੁੱਖ ਭਰੀ ਗੱਲ ਹੋਈ ਸੀ ਕਿ ਇਹਨਾਂ ਦਾ ਇੱਕ ਕੋਈ ਕਿਸੇ ਨੇ ਮੋਬਾਈਲ ਜਿਹੜਾ ਸਨੈਚ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਇੱਥੇ ਇਹ ਰਿਪੋਰਟ ਹੋਇਆ ਅਤੇ ਅਸੀਂ ਉਹਦੇ ਵਿੱਚ ਕੇਸ ਰਜਿਸਟਰ ਕਰਨ ਤੋਂ ਬਾਅਦ ਅੱਜ ਜਿਹੜਾ ਇਹਦਾ ਮੋਬਾਈਲ ਹੈ ਅਸੀਂ ਰਿਕਵਰ ਕਰ ਲਿਆ ਦੋ ਆਦਮੀ ਜਿਹੜੇ ਸਨੈਚਰ ਸੀ ਉਹਨਾਂ ਨੂੰ ਫੜ ਲਿਆ ਇੱਥੇ ਸਪੈਸ਼ਲੀ ਜਿਹੜੀ ਗੱਲ ਮੈਨਸ਼ਨ ਕਰਨਾ ਚਾਹੂੰਗਾ ਹੀ ਸੋ ਹੈਪੀ ਐਂਡ ਥੈਂਕਫੁਲ ਕਿ ਅਸੀਂ ਇਹਦਾ ਮੋਬਾਈਲ ਇੱਡੀ ਛੇਤੀ ਰਿਕਵਰ ਕਰ ਲਿਆ ਇੱਥੇ ਮੈਂ ਜਿਹੜੇ ਦੋ ਜਾਣਿਆਂ ਨੇ ਇੱਥੇ ਸਪੈਸ਼ਲੀ ਜਿਹਦੀ ਐਸਪਿਨ ਜਿਹੜਾ ਨਾਰਵੇ ਤੋਂ ਹੈ ਉਹਦਾ ਮੋਬਾਈਲ ਗੁੰਮ 'ਤੇ ਜਿਹਦੀ ਹੈਲਪ ਕੀਤੀ ਹੈ ਉਹ ਹੈਗਾ ਮਧੂ ਪਾਂਡੇ ਜਿਹੜੇ ਹੈ ਜਿਨ੍ਹਾਂ ਨੇ ਬੇਸਿਕ ਸ਼ੁਰੂ ਦੇ ਵਿੱਚ ਇਹਨਾਂ ਦੀ ਹੈਲਪ ਕੀਤੀ ਅਤੇ ਸੈਕਿੰਡ ਸੰਦੀਪ ਮਡੋਰ ਜਿਹੜੇ ਆਪ ਸਾਈਕਲਿਸਟ ਹੈ ਇੰਸ਼ੋਰੈਂਸ ਦਾ ਕੰਮ ਕਰਦੇ ਆ ਉਹਨਾਂ ਨੇ ਹੈਲਪ ਕਰਨ ਦੇ ਨਾਲ ਇੱਕ ਟੈਂਪਰੇਰੀ ਤੌਰ 'ਤੇ ਮੋਬਾਈਲ ਲੈ ਕੇ ਦਿੱਤਾ ਅਸੀਂ ਜਿੱਥੇ ਮੋਬਾਈਲ ਰਿਕਵਰ ਵੀ ਕਰ ਲਿਆ ਉੱਥੇ ਇਹਨਾਂ ਦੋਨੇ ਆਦਮੀਆਂ ਨੇ ਜਿਨ੍ਹਾਂ ਨੇ ਇੱਕ ਫੋਰਨਰ ਦੀ ਜਿਹੜਾ ਕਿ ਸਾਡਾ ਗੈਸਟ ਹੈ ਅਤੇ ਜਿਹੜਾ ਕਿ ਸਾਡਾ ਜਾ ਰਿਹਾ ਉਹਦੀ ਹੈਲਪ ਕੀਤੀ ਹੈ ਇਹਨਾਂ ਨੂੰ ਮੈਂ ਐਜ਼ ਏ ਸਰਟੀਫਿਕੇਟ ਦੇ ਕੇ ਇਹਨਾਂ ਨੂੰ ਦੋਨੇ ਜਿਹੜੇ ਮਧੂ ਪਾਂਡੇ ਐਂਡ ਸੰਦੀਪ ਮਡੋਰ ਨੂੰ ਜਿਹੜੇ ਸਰਟੀਫਿਕੇਟ ਦਊਂਗਾ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕਿਸੇ ਦੀ ਮੁਸ਼ਕਲ ਦੇ ਵਿੱਚ ਆਏ ਬੰਦੇ ਦੀ ਜਿਹੜੀ ਮਦਦ ਕੀਤੀ ਹੈ ਅਤੇ ਉਹਦੇ ਲਈ ਇਹਨਾਂ ਨੂੰ ਅਸੀਂ ਸਨਮਾਨ ਵੀ ਕਰਾਂਗੇ Finally got my phone back and I'm so happy and so grateful to the Ludhiana police and I'm actually quite happy that I lost my phone here in Ludhiana because it gave me the chance to meet a lot of great people and also see the great police work. Thank you so much, Ludhiana.